ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰਮਨ ਰੱਖੋ ਨਾਨਕ ਦੁੱਖ ਪਰਮ ਭਉ ਜਾਏ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਵਿਹੋ ਨਾ ਵਿਸਰੂ ਮਹਾਰਾਜ ਹੀ ਤੇ ਨਾ ਵਿਸਰੂ ਮਹਾਰਾਜ ਨਾਮ ਸਰੂਪ ਮਹਾਰਾਜ ਨਾਮ
ਯਾਰਾਂ ਨੂੰ ਪਿੱਛੇ ਛੱਡਦੇ ਹੋਏ ਸਤਿਗੁਰੂ ਜੀ ਦੂਰੀ ਚ ਪਹੁੰਚੇ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾ। ਜਗ੍ਹਾ ਨਾਲ ਆਪਣਾ ਕੋਈ ਕਸਰਨ ਨਹੀਂ ਹੈ, ਆਪਣਾ ਕਸਰਨ ਤਾਂ ਗੁਰੂ ਨਾਲ, ਆਪਾਂ ਦਾ ਗੁਰੂ ਜੀ ਦੂਰੀ ਚ ਪਹੁੰਚੇ ਹਾਂ। ਆਪਣੇ ਜਨਮਾਂ ਜਨਮਾਤਰਾਂ ਦੀ ਤਾਰੀਖ ਦੀ ਹੋਈ ਤਾਣੀ, ਉਹ ਜਿਸ ਤਰ੍ਹਾਂ ਤਾਣੀ ਉਹਦੀ ਹੈ, ਗੁਰੂ ਨੂੰ ਪਤਾ ਹੈ ਵੀ ਇਹਨੇ ਕਿਵੇਂ ਤਾਣੀ ਅਜਾਲੀ। ਆਪਾਂ ਤਾਂ ਅਲਪੱਗ, ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਕੱਲ੍ਹ ਨੂੰ ਕੀ ਹੋਣਾ। ਗੁਰੂ ਸਰਬੱਗ ਹੋਣ ਦੇ ਨਾਤੇ ਸਭ ਜਾਣਦਾ ਵੀ ਇਹ ਜੀਵ ਕਿਹੜੇ ਕਿਹੜੇ ਖਾਂਦਾ, ਕਿਵੇਂ ਤਾਣੀਆਂ ਤਣਦਾ ਇਹ। ਤੇ ਜਿਹੜਾ ਬਾਹਰ ਟਾਕੇ ਹੁੰਦੇ ਨੇ ਉਹਨੂੰ ਸਮਝਾਉਣ ਦੀ ਵੀ ਜ਼ਰੂਰੀ ਹੁੰਦੀ ਹੈ। ਹੁਣ ਜਿਹੜਾ ਮਨ ਦੀ ਤਾਣੀ ਹੁੰਦੀ ਹੈ ਇਸਨੂੰ ਵੀ ਆਪਾਂ ਜਾਣ ਸਕਦੇ। ਮਨ ਦੀ ਤਾਣੀ ਕਿਹੜੀ ਹੈ, ਮਨ ਦੇ ਟਾਕੇ ਕੌਣ ਨੇ। ਗੁਰੂ ਸਾਹਿਬ ਜੀ ਨੇ ਲਿਖਿਆ ਗੁਰਬਾਣੀ ਦੇ ਵਿੱਚ, ਗੁਰੂ ਕਰਦੇ ਵਾਰ ਕਰੀ ਜਾਤੀ ਇਸ ਮਨ ਕੋ ਜਨਮ ਜਨਮ ਕੀ ਮਲ ਲਾਭ ਕੀ। ਤੁਹਾਨੂੰ ਸੁਣਦੀ ਨਹੀਂ ਹੁੰਦੀ ਆਵਾਜ਼, ਕਾਲਾ ਹੋਇਆ ਸ਼ਿਆ ਖੰਡਗੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਪ। ਕੋਈ ਅੱਜ ਦੀ ਤਾਣੀ ਨਹੀਂ ਤਣਦਾ ਜਿਹੜਾ ਇਹ ਜੀਵ ਹੈ, ਨਹੀਂ ਇਹ ਤਾਂ ਕਲਪਾਂ ਤੋਂ ਲੱਗਿਆ ਹੋਇਆ, ਕਲਪਾਂ ਤੋਂ। ਤੇਰੀ ਤਾਣੀ ਕਿਹੜੀ ਹੈ, ਫੁੱਲ ਦੇਖ ਲਓ ਕਿਵੇਂ ਤਾਣੀ ਚੜਦੇ ਆ, ਹੁਣ ਵੀ ਚੜੀ ਜਾਂਦੇ ਆ ਵਿੱਚ ਬੈਠੇ ਵੀ। ਤੇ ਫੁਰਨਿਆਂ ਨੂੰ ਜਾਣਦਾ ਕੌਣ, ਇਹਨਾਂ ਫੁਰਨਿਆਂ ਨੂੰ ਗੁਰੂ ਜਾਣਦਾ, ਹੋਰ ਨੀ ਕੋਈ ਜਾਣੇਗਾ। ਆਪਾਂ ਜਿਹੜੀ ਆਪਣੀ ਤਾਣੀ ਉੜਦੀ ਹੋਈ ਹੈ ਜਨਮ ਜਨਮ ਮਾਤਰਾਂ ਦੀ, ਗੁਰੂ ਸਾਹਿਬ ਦੀ ਹਜ਼ੂਰੀ ਚ ਆ ਕੇ ਆਪਾਂ ਨੇ ਤਾਣੀ ਸੁਲਝਾਉਣੀ ਹੈ। ਹੋਰ ਕੋਈ ਉਪਾਅ ਨਹੀਂ ਤਾਣੀ ਸੁਲਝਾਉਣ ਦਾ। ਸਭ ਤੋਂ ਪਹਿਲਾ ਸਟੈਪ ਕੀ ਹੈ ਇਸ ਦਾ, ਇਹ ਗੁਰੂ ਵਾਲਾ ਬਣੇ ਗੁਰੂ ਵਾਲਾ। ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਚੰਗਾ ਭਲਾ ਚੱਲਦਾ, ਫਿਰ ਕੁਛ ਨਾ ਕੁਛ ਕਰ ਦਿੰਦਾ। ਇਸ ਤਰ੍ਹਾਂ ਦੇ ਨਾਲ ਦੱਸਿਆ ਛੱਡਦੇ ਚੱਲ। ਪਹਿਲਾ ਇਹਨੇ ਖੰਡੇ ਦਾ ਅੰਬਰ ਛਕਣਾ, ਖੰਡੇ ਦਾ ਅੰਬਰ ਛਕਣ ਦਾ ਭਾਵ ਕੀ ਹੈ, ਇਹ ਕਿਸੇ ਦਾ ਬਣ ਜਾਵੇਗਾ। ਜਦ ਇਹ ਗੁਰੂ ਵਾਲਾ ਬਣੇਗਾ ਫਿਰ ਗੁਰੂ ਦੀ ਇਹਦੇ ਚ ਮਮਤਾ ਹੋ ਜਾਏਗੀ। ਮਮਤਾ ਕਿਵੇਂ, ਜਿਵੇਂ ਆਪਣੇ ਪੁੱਤਰ ਹੁੰਦੇ ਹਨ, ਆਪਣੇ ਪੁੱਤਰਾਂ ਤੇ ਆਪਣੀ ਮਮਤਾ, ਗੁਆਂਢੀ ਦੇ ਪੁੱਤਰ ਤੇ ਮਮਤਾ ਨਹੀਂ ਹੈ। ਗੁਆਂਢੀ ਦਾ ਪੁੱਤਰ ਚਾਹੇ ਬਿਲਕਦਾ ਹੋਵੇ ਆਪਾਂ ਨਹੀਂ ਚੱਕਾਂਗੇ,
ਕੇਵਲੀ ਚੱਕਦੇ ਆਪਣਾ ਨਹੀਂ ਹੈ। ਇਸੇ ਤਰ੍ਹਾਂ ਹੀ ਨਿਬਰੇ ਨੂੰ ਵੀ ਕਿਸੇ ਨੇ ਨਹੀਂ ਸਾਹਮਣਾ ਕਰਨਾ, ਕਿਹੜੀਆਂ ਦੁਨੀਆਂ ਦੇ ਵਿੱਚ ਜਾਵੇਗਾ। ਜਾਵੇ ਗੁਰੂ ਵਾਲਾ ਬਣ ਜਾਵੇਗਾ, ਗੁਰੂ ਦੀ ਹੋ ਜਾਵੇਗੀ ਮਮਤਾ ਵੀ ਇਹ ਮੇਰਾ ਬਣ ਗਿਆ। ਜਿਹੜੇ ਪਰਿਵਾਰ ਦੇ ਵਿੱਚ ਜਨਮ ਲੈਂਦਾ ਤਾਂ ਉਸ ਪਰਿਵਾਰ ਦੀ ਇਹਦੇ ਤੇ ਮਮਤਾ ਹੋ ਜਾਂਦੀ। ਔਰ ਜਦੋਂ ਗੁਰੂ ਵਾਲਾ ਬਣੇਗਾ ਫਿਰ ਜਿਹੜੀ ਤਾਣੀ ਉਹਦੀ ਹੋਈ ਨਾ ਗੁਰੂ, ਇਸ ਨੂੰ ਫਿਰ ਕੋਈ ਢੰਗ ਦੱਸੇਗਾ ਵੀ ਐ ਇਨਸਾਨ ਐ ਜੀਵ, ਤੂੰ ਇਸ ਤਰ੍ਹਾਂ ਮਨ ਨੂੰ ਸੇਵਾ ਔਰ ਸੇਵਰਨ ਪਰਮਕਾਰ ਦੂਏ ਦਾ ਭਲਾ ਮਨ ਦੇ ਨਾਲ ਕਰਨਾ ਸ਼ੁਰੂ ਕਰ ਦੇ, ਉਹ ਜਿਹੜੀ ਫੁੱਲਿਆ ਰੂਪੀ ਤਾਣੀ ਹੈ ਉਹ ਸੁਲਝਣੀ ਸ਼ੁਰੂ ਹੋ ਜਾਵੇਗੀ। ਉਹ ਨੁਕਬਾ ਨੁਕਰਾ ਆਦਮੀ ਤਾਣੀ ਸੁਲਝਾਉਣ ਨਹੀਂ ਜਾਣਦਾ, ਉਲਝਾਉਣ ਜਾਣਦਾ। ਉਹ ਦੱਸਿਆ ਵੀ ਬਗੈਰ ਗੁਰਾਂ ਤੋਂ ਕੋਈ ਮੁਕਤ ਨਹੀਂ ਹੋਇਆ। ਗੁਰੂ ਸਾਹਿਬ ਜੀ ਦੱਸ ਦਿੰਦੇ ਫਿਰ ਇੱਟ ਦੁਨੀਆਂ ਦੇ ਵਿੱਚ ਭਰਕਦਾ ਫਿਰੇਗਾ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਕਹਿੰਦੇ ਜਿਹੜਾ ਨਗੁਰਾ ਆਦਮੀ ਆ ਉਸਦਾ ਨਾਮ ਲੈਣਾ ਵੀ ਪਾਪ ਚੜ੍ਹਦਾ। ਤਾਂ ਤੇ ਫਿਰ ਆਪਾਂ ਨੂੰ ਇਸ ਤੋਂ ਕੁਛ ਸ਼ਿਕਸ਼ਾ ਲੈਣੀ ਚਾਹੀਦੀ ਹੈ। ਕੀ ਸ਼ਿਕਸ਼ਾ? ਫਿਰ ਆਪਾਂ ਨੂੰ ਗੁਰੂ ਵਾਲਾ ਬਣ ਜਾਣਾ ਚਾਹੀਦਾ। ਜੇ ਨਹੀਂ ਗੁਰੂ ਵਾਲੇ ਬਣਾਂਗੇ ਤਾਂ ਫਿਰ ਕਦੇ ਆਪਾਂ ਮੁਕਤ ਨਹੀਂ ਹੋ ਸਕਦੇ। ਮੁਕਤ ਦਾ ਮਤਲਬ ਹੈ ਦੁੱਖਾਂ ਤੋਂ ਬਰੀ ਨਹੀਂ ਹੋ ਸਕਦੇ। ਉਹ ਦੱਸਿਆ ਵੀ ਵਰਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਵੀਰਾਂ ਗੁਰਾਂ ਤੋਂ ਕੋਈ ਮੁਕਤ ਨਹੀਂ ਹੋਇਆ। ਤੇ ਦੱਸਿਆ ਦੇ ਵਿੱਚ ਬੋਲਿਆ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬਿਨਾਂ ਗੁਰਾਂ ਤੋਂ ਮੁਕਤ ਨਾ Oh, my God.
ਜਿੱਥੇ ਬੈਠਦਾ ਧਰਤੀ ਨੂੰ ਪਵਿੱਤਰ ਕਰ ਦਿੰਦਾ
ਅਸੀਂ ਉਹ ਮਿੱਟੀ ਚੱਕ ਕੇ ਨਵੀਂ ਰੋਜ਼ ਹੀ ਪਾਉਂਦੇ। ਉਹ ਸੀਗਾ ਬਰਮੇ ਦਾ ਪੁੱਤਰ, ਬਰਮੇ ਦਾ ਪੁੱਤਰ ਨਾਰਦ ਤੈਸ਼ ਦੇ ਵਿੱਚ ਆ ਗਿਆ ਵੀ ਮੇਰਾ ਪਿਤਾ ਸ੍ਰਿਸ਼ਟੀ ਨੂੰ ਸਾਜਦਾ ਤੇ ਮੈਨੂੰ ਵੀ ਕੋਈ ਗੁਰੂ ਦੀ ਲੋੜ ਹੈਗੀ। ਸਿੱਧਾ ਵਰਮਾ ਦੇ ਕੋਲ ਪਹੁੰਚਿਆ, ਵਰਮਾ ਨੇ ਦੇਖ ਲਿਆ ਤੇਜ ਪੈਰ ਚੱਕਦਾ ਕੁੱਤਾ ਇਸ ਚ ਲੱਗਦਾ, ਜਾ ਕੇ ਕਹਿੰਦਾ ਮਹਾਰਾਜ ਮੇਰੀ ਇਤਨੀ ਨਰਾਦਰੀ ਕਿਉਂ ਹੈ ਸਭਾ ਦੇ ਵਿੱਚ। ਵਰਮਾ ਕਹਿਣ ਲੱਗਾ ਕਿਉਂ ਨਾਰਦ ਪੁੱਤਰ ਕੀ ਗੱਲ ਹੈ। ਕਹਿੰਦਾ ਮੈਂ ਜੋਧਰ ਨਿਕਲ ਗਿਆ ਜਿੱਧਰ ਦੇਵਤਿਆਂ ਦੀ ਸਭਾ ਲੱਗਦੀ ਆ, ਉਹ ਮਿੱਟੀ ਪੜਦੇ ਸੀ ਨਵੀਂ ਪਾਉਂਦੇ ਸੀ, ਕਹਿੰਦੇ ਇੱਥੇ ਨਾਰਦ ਵਹਿਦਾ ਨੂੰ ਬੁਰਾ ਧਰਤੀ ਪਵਿੱਤਰ ਕਰ ਦਿੰਦਾ। ਕਹਿੰਦਾ ਮੈਂ ਤਾਂ ਤੁਹਾਡਾ ਪੁੱਤਰ ਹਾਂ, ਮੈਨੂੰ ਵੀ ਗੁਰੂ ਦੀ ਲੋੜ ਹੈ ਕੋਈ। ਹੁਣ ਵਰਮਾ ਨੇ ਤਾਂ ਹਕੀਕਤ ਦੱਸਣੀ ਹੈ, ਪੁੱਤਰ ਤਾਂ ਨਹੀਂ ਦੇਖਣਾ ਹੈ। ਕਹਿਣ ਲੱਗੇ ਨਾਰਦ ਇਹ ਤਾਂ ਪਰਮੇਸ਼ਰ ਦਾ ਅਸੂਲ ਹੈ, ਚਾਹੇ ਤੂੰ ਖੁਦਾ ਦਾ ਪੁੱਤਰ ਹੈ ਖੁਦਾ ਦਾ, ਜੇ ਤੂੰ ਨਗੁਰਾ ਨਾ ਨਗੁਰਾ ਤਾਂ ਫਿਰ ਇਹ ਅਸੂਲ ਨਗੁਰੇ ਤੇ ਘਟਦਾ ਰਹੇਗਾ। ਜੇ ਤੂੰ ਇਸ ਗੱਲ ਤੋਂ ਡਰਦਾ ਤਾਂ ਫਿਰ ਗੁਰੂ ਵਾਲਾ ਬਣ ਜਾ। ਉਹ ਇਉਂ ਦੱਸਿਆ ਵੀ ਬਗੈਰ ਗੁਰਾਂ ਤੋਂ ਕਦੇ ਮੁਕਤ ਨਹੀਂ ਹੋਵੇਗੀ। Oh,
Thank you.
ਸੀਗਾ ਸ਼ਾਹੂਕਾਰ ਦਾ ਲੜਕਾ
ਨਾਮ ਸੀਗਾ ਪ੍ਰੇਮਾ। ਜਦ ਸੰਗਤਾਂ ਗੋਇੰਦਵਾਲ ਸਾਹਿਬ ਨੂੰ ਜਾਂਦੀਆਂ ਤਾਂ ਫਿਰ ਉਹ ਜਿਹੜੀ ਖੁੰਡ ਪਾਰਟੀ ਸੀ, ਵੱਧ ਘੱਟ ਗੱਲਾਂ ਬੋਲਿਆ ਪਰ ਆਪ ਹੀ ਬੋਲਦੇ ਨੇ ਖੁੰਡ ਪਾਰਟੀ ਦੇ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਤਾਂ ਫਿਰ ਉਹ ਸ਼ਰਾਬ ਕਬਾਬ ਜੋ ਵਿਸ਼ਵੀ ਧਰਮ ਤੋਂ ਸੂਲ ਵਿਰੁੱਧ ਜਿਹੜੇ ਕਰਤੱਵ ਕਰਨੇ ਸ਼ੁਰੂ ਕਰ ਦਿੱਤੇ ਤੇ ਪ੍ਰੇਮਾ ਉਸ ਟਾਈਮ ਦੇ ਵਿੱਚ ਮੋਹਰਾਂ ਔਰ ਚਾਂਦੀ ਦੀ ਕਰੰਸੀ ਹੁੰਦੀ ਸੀ, ਜੇਬਾਂ ਭਰ ਭਰ ਲਿਆਉਂਦਾ ਮੋਹਰਾਂ ਦੀਆਂ। ਕੋਈ ਖਿਲਾਉਣ ਵਾਲਾ ਚਾਹੀਦਾ, ਖਾਣ ਵਾਲੇ ਤਾਂ ਜਦੇ ਹੀ ਰਲ ਜਾਂਦੇ ਨੇ ਨਾਲ ਗੁਰਮੁਖ। ਇੱਥੇ ਵੀ ਇੱਕ ਇਨਸਾਨ ਦੀ ਇਹ ਗੱਲ ਆਈ ਸੀ, ਕਹਿੰਦੇ ਜਿਹੜਾ ਪੈਸਾ ਕਮਾਉਂਦਾ ਕਲੱਬਾਂ ਚ ਲਿਜਾ ਕੇ ਸ਼ਰਾਬ ਪੜਾਉਂਦਾ, ਸ਼ਰਾਬ ਪੜਾਉਂਦਾ ਸਾਥੀਆਂ ਨੂੰ, ਔਰ ਇਸ ਦੇ ਨਾਲ ਫਿਰ ਉਹ ਚਿਮਲਾ ਦਿੰਦੇ ਨੇ ਬਈ ਪ੍ਰੇਮੀਆਂ ਬਈ ਤੇਰੇ ਵਰਗਾ ਤਾਂ ਨਾ ਕੋਈ ਜੰਮਿਆ ਨਾ ਜੰਮੇ, ਕਾਹਨੂੰ ਜੰਮੂ ਜਾਂ ਤੈਨੂੰ ਸ਼ਰਾਬਾਂ ਮਿਲਦੀਆਂ ਨੇ, ਮਾਸ ਮਿਲਦਾ, ਸਭ ਕੁਛ ਮਿਲਦਾ, ਲੀੜੇ ਸਭ ਕੁਛ ਮਿਲਦਾ, ਤੁਹਾਨੂੰ ਤਾਂ ਹੋਰ ਜੰਮਣਾ ਹੀ ਨਹੀਂ ਹਜੇ। ਉਹ ਗਿਆਨੀ ਉਹ ਚਾਹ ਮਿਲ ਗਿਆ, ਤੁਸੀਂ ਕਿਸੇ ਇਨਸਾਨ ਦੀ ਵਡਿਆਈ ਕਰੋ ਚਾਹ ਮਿਲ ਜਾਵੇ, ਜੇਬਾਂ ਭਰ ਭਰ ਕੇ ਲਿਆਉਂਦਾ ਗੁਰਮੁਖੋ, ਫਿਰ ਜਿਹੋ ਜਿਹੇ ਕਰਤੱਵ ਕਰੇਗਾ ਨਾ ਵੈਸੇ ਉਸਨੂੰ ਫਿਰ ਫਲ ਭੁਗਤਣਾ ਪਵੇਗਾ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਉਤਾਰਿਆ ਕਾਤਕ ਕਰਮ ਕਮਾਵ ਨੇ ਦੋਸ਼ ਨਾ ਕਾਹੂ ਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪੜੋ ਗੁਰੂ
ਰੱਬ ਨੂੰ ਭੁੱਲਦਾ ਨਾ ਰੱਬ ਨੂੰ, ਰੱਬ ਨੂੰ ਕੌਣ ਭੁੱਲਦਾ ਨਗੁਰਾ, ਗੁਰੂ ਵਾਲਾ ਤਾਂ ਨੀ ਰੱਬ ਨੂੰ ਭੁੱਲੇਗਾ ਨਗੁਰਾ। ਆਓ ਨਗੁਰਾ ਪਾਪ ਕਰੇਗਾ, ਗੁਰੂ ਸਾਹਿਬ ਜੀ ਨੇ ਲਿਖਿਆ ਵੀ ਜਿਹੜਾ ਪਾਪ ਹੈ ਨਾ ਇਹ ਤਾਂ ਬਹੁਤ ਬੁਰਾ, ਪਾਪ ਬੁਰਾ ਪਾਪੀ ਕੋ ਪਿਆਰਾ। ਗੁਰੂ ਸਾਹਿਬ ਜੀ ਕਹਿੰਦੇ ਪਾਪ ਬਹੁਤ ਬੁਰਾ, ਬਹੁਤ ਨਿੰਦਣੀ ਚੀਜ਼ ਹੈ, ਪਰ ਇਹ ਪਾਪੀ ਨੂੰ ਕਿਉਂ ਪਿਆਰਾ ਲੱਗਦਾ? ਉਹ ਜਿਹੜਾ ਪਾਪੀ ਨਿਗਰਾ ਹੋਣ ਦੇ ਨਾਤੇ ਉਸਦਾ ਮਨ ਜਿਹੜਾ ਇਤਨਾ ਕਾਲਾ ਹੋ ਗਿਆ, ਜੈਸੇ ਗੁਰੂ ਸਾਹਿਬ ਨੇ ਲਿਖਿਆ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਇਆ ਸ਼ਿਆ, ਖੰਡਲੀ ਧੋਤੀ ਉਜਲੀ ਨਾ ਹੋ ਗਈ ਜੇ ਸਭ ਤੋਂ ਪਾ। ਕਹਿੰਦੇ ਜਿਹੜਾ ਨਗੁਰਾ ਆਦਮੀ ਆ ਉਸਦਾ ਮਨ ਇਤਨਾ ਕਾਲਾ ਹੋ ਜਾਂਦਾ, ਬੁਰੇ ਭਲੇ ਦੀ ਸੋਝੀ ਨੀ ਉਹਨੂੰ ਰਹਿੰਦੀ, ਬਸ ਪਾਪ ਹੈ ਤਾਂ ਬੁਰਾ ਪੜੋ ਬੁਰੇ। ਪਾਪੀ ਕੋ ਪਿਆਰਾ ਜਿਹੜੇ ਸੰਬੰਧੀ ਨੇ ਮਾਤਾ ਪਿਤਾ
ਕਾਕਾ ਇਹ ਜਿਹੜਾ ਤੇਰਾ ਵੀਰਾ ਨਾ ਇਹ ਠੀਕ ਨਹੀਂ ਹੈ, ਇਹ ਤਾਂ ਧਰਮ ਦੇ ਵਿਰੁੱਧ ਹੈ, ਕਿਸੇ ਦੇ ਨਹੀਂ ਸੁਣਦਾ ਗੁਰਮੁਖ, ਵੱਧ ਘੱਟ ਬੋਲਦਾ ਸੰਬੰਧੀਆਂ ਨੂੰ, ਬਹੁਤ ਇਸ ਤਰ੍ਹਾਂ ਸ਼ਰਾਬਾਂ ਪੀਣੀਆਂ ਦੁਰਾਚਾਰ ਕਰਨ, ਜਿਹੜਾ ਕਰਤੱਵ ਕਰਦਾ ਹੈ ਤੋ ਫਿਰ ਪਰਮੇਸ਼ਰ ਦਾ ਅਸੂਲ ਹੈ ਗੁਰਮੁਖ, ਜੈਸਾ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ, ਕਹਿੰਦੇ ਬੇਅਨਸਾਫੀ ਨਹੀਂ ਰੱਬ ਦੇ ਘਰ ਦੇਰੀ ਤਾਂ ਹੋ ਸਕਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਸਮਝਾਇਆ, ਨਹੀਂ ਸਮਝਿਆ, ਬਹੁਤ ਸਾਲ ਲੱਗ ਗਏ ਉਸਨੂੰ ਇਹ ਮਾੜੇ ਕਰਤੱਵ ਕਰਦੇ ਨੇ। ਕੀ ਹੋਇਆ ਕਰਮਾਂ ਦਾ ਫਲ, ਉਹ ਜਿਹੜਾ ਸ਼ਾਹੂਕਾਰ ਦਾ ਪੁੱਤਰ ਪ੍ਰੇਮਾ, ਉਹਦੇ ਸਰੀਰ ਨੂੰ ਕੋੜ ਹੋ ਗਿਆ, ਕੋੜ ਕਰਮਾਂ ਦਾ ਫਲ ਹੈ ਗੁਰੂ, ਜੈਸਾ ਕਰੂਗਾ ਵੈਸਾ ਜੈਸਾ ਬੀਜੇਗਾ ਵੱਡੇਗਾ ਮਨਾ Thank you.
ਵੈਸਾ ਇਸ ਨੂੰ ਫਲ ਮਿਲੇਗਾ। ਕਰਮ ਕਰਨ ਦੇ ਵਿੱਚ ਸੁਤੰਤਰ ਹੈ, ਭੋਗਣ ਦੇ ਵਿੱਚ ਪਰਤੰਤਰ ਹੈ, ਕਿਸੇ ਦੇ ਅਧੀਨ ਭੋਗੇਗਾ। ਖੂਨ ਕਰ ਸਕਦਾ ਹੈ ਪਰ ਫਾਸੀ ਇਹਨੂੰ ਹੋਰ ਚੜ੍ਹੇਗਾ। ਵੱਜ ਨਹੀਂ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਕਰਦੇ ਸਮਝਾਉਂਦੇ ਨੇ, ਕਾਕਾ ਤੂੰ ਇਹ ਜਿਹੜਾ ਲਾਣਾ ਇਕੱਠਾ ਕਰਿਆ ਇਹ ਤਾਂ ਧੋਖੇ ਦਾ ਕਾਰਨ ਹੈ, ਤੈਨੂੰ ਇਤਨਾ ਗਿਆਨ ਨਹੀਂ ਹੈ, ਇਹਦਾ ਖਾਣ ਪੀਣ ਦੇ ਨੇ ਸਾਰੇ। ਜਦ ਕੋਟ ਦੇ ਸਾਰ ਦਿਸਣ ਲੱਗ ਗਏ, ਕੋਟ ਦੇ ਸਾਰ ਕੀ ਨੇ? ਕਹਿੰਦੇ ਜਿਹੜੇ ਨੌ ਨੇ ਨਾ, ਆਪਣੇ ਪੈਰਾਂ ਦੇ ਰੱਥਾਂ ਦੇ ਪੀਕ ਪੈਣੀ ਸ਼ੁਰੂ ਹੋ ਜਾਂਦੀ। ਐਵੇਂ ਨੀ ਪਈ ਪੀਕ, ਨਹੀਂ ਕੋਈ ਕਰਤੱਵ ਕਰਿਆ, ਕੋਈ ਪਰਮੇਸ਼ਰ ਤੋਂ ਵਿਰੁੱਧ ਸਟੈਪ ਉਠਾਇਆ, ਤਦ ਹੋਇਆ। ਤਾਂ ਫਿਰ ਉਹ ਚੋਰੀ ਚੋਰੀ ਇਲਾਜ ਲੂਜ ਕਰਾਉਣ ਲੱਗਿਆ, ਮਾਇਆ ਦਾ ਕੋਈ ਘਾਟਾ ਨਹੀਂ ਸੀ। ਪਰ ਨਹੀਂ, ਕੋਲ ਵਧਣਾ ਸ਼ੁਰੂ ਹੋ ਗਿਆ। ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸਾਡੇ ਪੁੱਤਰ ਨੂੰ ਤਾਂ ਕੋਲ ਹੋ ਗਿਆ। ਫਿਰ ਉਹਨਾਂ ਨੇ ਇਲਾਜ ਕਰਾਉਣਾ ਸ਼ੁਰੂ ਕਰਿਆ ਬਹੁਤ ਹੀ। ਉਹ ਜਿਹੜੇ ਦੂਏ ਸੀਗੇ ਸ਼ਰਾਬਾਂ ਪੀਣ ਵਾਲੇ, ਨਵਾਲੇ ਪਿਆਲੇ ਦੇ ਜਾ ਜਿਹੜੇ ਪੱਬਾਂ ਦੇ ਵਿੱਚ ਇਕੱਠੇ ਹੁੰਦੇ ਸੀ, ਜਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪ੍ਰੇਮੀ ਨੂੰ ਤਾਂ ਕੋਲ ਹੋ ਗਿਆ, ਉੱਡ ਗਏ, ਕੌਣਾ ਕਿਸੇ ਦਾ ਕਰੋਖੋ, ਸਾਰੀ ਦੁਨੀਆਂ ਖਾਣ ਪੀਣ ਪਾਸੇ ਭੱਜੀ ਫਿਰਦੀ ਹੈ, ਕੋਈ ਨੀ ਕਿਸੇ ਦਾ ਇਕੱਲਾ ਹੀ ਰਹਿ ਗਿਆ। Thank you.
ਬਾਣੀ ਇਹ ਤਾਂ ਜਿਹੜੀ ਸਾਰੀ ਦੁਨੀਆਂ ਹੈ ਇਹ ਤਾਂ ਮਤਬਲੀ ਹੈ, ਇਹ ਤਾਂ ਮਤਬਲ ਨੂੰ ਫਿਰਦੀ ਹੈ। ਜੇ ਇਨਸਾਨ ਨੂੰ ਦੁੱਖ ਪੈ ਜਾਵੇ ਕੋਈ ਨੀ ਲਵੇ ਖੜੇਗਾ। ਦੁਨੀਆਂ ਤਾਂ ਗੁਰੂਆਂ ਨੂੰ ਛੱਡ ਗਈ, ਆਪਾਂ ਕਿਹਦੇ ਵਿਚਾਰੇ ਆ ਗੁਰਮੁਖੋ? ਆਓ ਕਲਜੀ ਤਾਂ ਮਹਾਰਾਜ ਚੁਕੌਰ ਦੀ ਗਲੀ ਚੋਂ ਕੱਲੇ ਨਿਕਲੇ, ਪਿੱਛੇ ਤਿੰਨ ਸਿੱਖ ਆਏ ਆ ਕੇ ਫਿਰ ਮਾਛੂ ਵਾਲੇ ਮਿਲਾਪ ਹੋਇਆ। ਮਹਾਰਾਜ ਜੀ ਨੂੰ ਗੁਲਾਬਾ ਮਸੰਦ ਸੀ ਉੱਥੇ ਜਿਹੜਾ ਆਨੰਦਪੁਰ ਜਾਪ ਜਾ ਕੇ ਤੇ ਬਹੁਤ ਨਾਮ ਤੇ ਉੱਥੋਂ ਮਾਇਆ ਆਦਿਕ ਲੈ ਕੇ ਆਉਂਦਾ ਸੀ ਗੁਰੂ ਸਾਹਿਬ ਜੀ ਤੋਂ। ਜਵਾਰੇ ਦੇ ਵਿੱਚ ਰਹਾਇਸ਼ ਕਰ ਦਿੱਤੀ ਕਰਮੀ ਧਰ ਮਹਾਰਾਜ ਜੀ ਦੀ, ਕੰਬਣ ਲੱਗ ਗਿਆ ਵੀ ਹੁਣ ਮੈਨੂੰ ਮਰਵਾਉਣਗੇ, ਮੈਨੂੰ ਮਰਵਾਉਣਗੇ। ਕਹਿਣ ਗਿਆ ਮਹਾਰਾਜ ਜੀ ਹੁਣ ਗਾਹਾਂ ਚਲੇ ਜਾਓ, ਹੁਣ ਗਾਹਾਂ ਨੂੰ ਚਲੇ ਜਾਓ। ਹੁਣ ਸਰਵਾਗ ਗੁਰੂ ਨੂੰ ਕਹਿੰਦਾ ਮਸੰਦਾ ਤੂੰ ਤਾਂ ਡਰ ਗਿਆ, ਤਾਂ ਹੀ ਗੁਰੂ ਦਾ ਸਾਥ ਛੱਡਦਾ ਨਾ ਤੂੰ। ਕਹਿੰਦਾ ਹਾਂ ਮਹਾਰਾਜ ਜੀ, ਮੇਰੇ ਬਾਲ ਬੱਚਾ ਮਾਰ ਦੇਣਗੇ ਉਹ ਤਾਂ 25 ਰੁਪਈਏ ਇੱਕ ਦਸਾਲਾ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ। ਗੁਰੂ ਸਾਹਿਬ ਜੀ ਫਿਰ ਉੱਚਾ ਪੀਰ ਮਾਰ ਕੇ ਉੱਥੋਂ ਨਿਕਲੇ ਕਿ ਟੂਕ ਲੈਣੀ ਆਪਾਂ ਨੇ। ਦੇਖ ਲਓ ਜਿਹੜਾ ਦਿਨ ਰਾਤ ਮਹਾਰਾਜ ਜੀ ਤੋਂ ਮਾਇਆ ਲਾ ਕੇ ਟੱਬਰ ਪਾਲਦਾ ਸੀ, ਜਦ ਫਿਰ ਮਹਾਰਾਜ ਜੀ ਇਸ ਤਰ੍ਹਾਂ ਦੀ ਹਾਲਤ ਜਾਂ ਕੌਤਕ ਕਰਦੇ ਉਹਦੇ ਘਰ ਰਹੇ ਗੁਰਮੁਖ, ਉਹਨੇ ਵੀ ਸਾਥ ਛੱਡ ਦਿੱਤਾ। ਕਹਿੰਦੇ ਮਹਾਰਾਜ ਜੀ ਜਾਓ ਅੱਗੇ ਨੂੰ ਜਾਓ, ਨੇੜੇ ਢੁੱਕ ਢੁੱਕ ਵੈਂਦੀ ਜੀ ਵਿੱਚ ਸੁੱਖਾਂ ਦੇ ਸਾਰੇ ਸਾਰੇ ਸਾਥ ਛੱਡ ਗਏ।
ਹੁਣ ਜਿਹੜੇ ਪ੍ਰੇਮੀ ਦੇ ਮਾਤਾ ਪਿਤਾ ਉਹਨਾਂ ਨੇ ਫਿਰ ਇਲਾਜ ਮੁਆਲਜਾ ਕਰਾਉਣਾ ਸ਼ੁਰੂ ਕਰੇ। ਬਿਮਾਰੀ ਵੱਧਦੀ ਜਾਂਦੀ ਹੈ, ਘਟਦੀ ਨਹੀਂ ਹੈ। ਉਹਨਾਂ ਨੇ ਸੋਚਿਆ ਵੀ ਠੀਕ ਹੈ, ਸਾਡਾ ਪੁੱਤਰ ਹੈ। ਇਹ ਜਿਹੜੇ ਕੋਰ ਦੇ ਜਨਮ ਚ ਨੇ ਨਾ, ਜਨਮ ਚ ਇਹ ਤਾਂ ਕੰਧਾਂ ਚ ਵੜ ਜਾਣਗੇ, ਸਾਨੂੰ ਵੀ ਲੱਗ ਜਾਣਗੇ। ਕਹਿੰਦੇ ਪੁੱਤਰ ਤੈਨੂੰ ਬਹੁਤ ਵਰਜਦੇ ਰਹੇ ਤਾਂ ਸਾਡੀ ਇੱਕ ਨਾ ਸੁਣੀ, ਹੁਣ ਤਾਂ ਤੇਰੀ ਬਿਮਾਰੀ ਲਾ ਇਲਾਜ ਹੋ ਗਈ, ਹੁਣ ਇਹਨੇ ਹਟਣਾ ਨਹੀਂ ਹੈ। ਬਿਹਤਰ ਇਹ ਹੈ ਵੀ ਹੁਣ ਤੂੰ ਘਰ ਰਹਿਣ ਦੇ ਵੀ ਲਾਇਕ ਨਹੀਂ ਰਿਹਾ, ਹੁਣ ਮਾਤਾ ਪਿਤਾ ਵੀ ਦੁਸ਼ਮਣ ਮੰਨਣਗੇ। ਗੁਰਮੁਖ ਕਹਿਣ ਲੱਗੇ ਇਉਂ ਕਰਦੇ ਹਾਂ, ਹੁਣ ਖੁਦ ਤੇ ਸ਼ਬਰੀ ਪਾ ਦਿੰਦੇ, ਉੱਥੇ ਮੰਜਾ ਡਾ ਕੇ ਤੈਨੂੰ ਉੱਥੇ ਰੱਖੇ ਆਉਂਦੇ। ਉਸ ਪ੍ਰੇਮੀ ਨੂੰ ਟੋਕਰੇ ਚ ਪਾ ਲਿਆ ਗੁਰਮੁਖ, ਤਾਂ ਹੀ ਦੱਸਿਆ ਨਾ ਵੀ ਜਿਹੜੇ ਸੰਬੰਧੀ ਨੇ ਨਾ, ਜਿਹਨਾਂ ਤੇ ਉਸਨੂੰ ਭਰੋਸਾ ਸੀ, ਤਾਂ ਫਿਰ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਪ੍ਰੇਮੀ ਨੂੰ। ਮੁਸ਼ਕਲ ਜਾਂ ਕੋ ਮੁਸ਼ਕਲ ਅੱਤ ਬਣਾ, ਉਹਨਾਂ ਨੂੰ ਮੁਸ਼ਕਲ ਬਣੀ ਹੋਈ ਹੈ। ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ, ਸਾਗ ਵੀ ਵੱਜ ਕਲੇ, ਸਾਕਾਂ ਨੇ ਵੀ ਚੱਕ ਲਿਆ ਟੋਕਰੇ ਚ ਪਾ ਕੇ ਪੜੋ ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਬਣ ਬੈਠਾ, ਹੁਣ ਯਾਦ ਕਰਦਾ
ਕਹਿੰਦੇ ਔਲੇ ਦਾ ਖਾਧਾ ਸਿਆਣੇ ਦਾ ਕਿਹਾ ਮਗਰੋਂ ਸਵਾਦ ਆਉਂਦਾ ਹੁੰਦਾ। ਫਿਰ ਹੁਣ ਕਰਮਾਂ ਨੂੰ ਰੋਂਦਾ, ਹੁਣ ਕਰਮਾਂ ਰੋਇਆ ਕੀ ਬਣਨਾ, ਰੋਣਾ ਸੀ ਪਹਿਲਾਂ ਰੋਂਦਾ, ਹੁਣ ਨੀ ਕੁਛ ਬਣੇ। ਪੜੋ ਵੀਰੇ ਰਹਿਮ ਦੇ ਆਦਮੀ ਨੇ
ਛੂਛਾ ਰੱਸੀ ਪਾ ਕੇ ਉਹਦੇ ਗਲ ਚ ਬੰਨ ਦਿੱਤਾ। ਜੀ ਨੂੰ ਦਇਆ ਆਉਂਦੀ ਆ, ਉਹ ਠੂਠੇ ਦੇ ਵਿੱਚ ਭੋਜਨ ਪਾਇਆ ਹੁੰਦਾ, ਉਹ ਟੁੰਡਾਂ ਨਾਲ ਖਾਂਦਾ। ਟੁੰਡ ਕਿਉਂ ਹੋਏ ਨੇ? ਟੁੰਡ ਐਵੇਂ ਨਹੀਂ ਹੋਏ ਹਨ, ਜੋ ਮਾੜਾ ਕਰਤੱਵ ਕਰਿਆ ਸੀ ਉਸਦਾ ਫਲ ਮਿਲਿਆ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜੇ ਮਾਤਾ ਪਿਤਾ ਸੀ ਉਹ ਵੀ ਛੱਡ ਗਏ, ਕੋਈ ਨੀ ਕਿਸੇ ਦਾ ਇੱਥੇ। ਔਰ ਇੱਕ ਮਹਾਤਮਾ ਰਹਿੰਦੇ ਨੇ ਕੁਟੀਆ ਦੇ ਵਿੱਚ, ਇੱਕ ਕੋਈ ਲੜਕਾ ਸੰਗਤ ਕਰਦਾ ਰੋਜ਼ ਜਾਂਦਾ। ਫਿਰ ਕਰਦਿਆਂ ਜਦ ਉਹ ਥੋੜ੍ਹਾ ਜਿਹਾ ਜਵਾਨ ਹੋਇਆ, ਉਹਦੀ ਮੰਗਣੀ ਕਰਤੀ, ਨਾਗੇ ਪਾਉਣੇ ਸ਼ੁਰੂ ਕਰਤੇ ਸੰਗਤ ਦੇ ਵਿੱਚ। ਫਿਰ ਇਸ ਤਰ੍ਹਾਂ ਦੇ ਨਾਲ ਕਿਤੇ ਆਇਆ ਕਰੇ ਕਿਤੇ ਨਾ ਆਇਆ ਕਰੇ, ਫਿਰ ਉਹਦੀ ਸ਼ਾਦੀ ਹੋ ਗਈ, ਜਮਾਂ ਹੀ ਆਉਣੋ ਹਟ ਗਿਆ। ਜਦ ਕਿਤੇ ਮਹਾਤਮਾ ਭੀਸ਼ਾ ਮੰਗਣ ਜਾਇਆ ਕਰਨ ਤਾਂ ਉਹਲੇ ਵੀ ਹੋਰ ਪਾਸੇ ਨੂੰ ਲੱਭ ਗਿਆ ਕਰੇ, ਤਾਂ ਕੁਦਰਤੀ ਮੋੜ ਸੀ ਉੱਧਰ ਉਹ ਆਉਂਦਾ ਜੀ, ਉੱਧਰੋਂ ਮਹਾਤਮਾ ਸਾਹਮਣੇ ਆ ਗਿਆ। ਹੁਣ ਕਿੱਥੇ ਨੂੰ ਭੱਜੇ? ਮਹਾਤਮਾ ਕਹਿੰਦੇ ਕਾਕਾ ਤੂੰ ਸੰਗਤ ਛੱਡ ਗਿਆ। ਕਹਿੰਦਾ ਮਹਾਰਾਜ ਜੀ ਸ਼ਾਦੀ ਹੋ ਗਈ, ਠੀਕ ਹੈ। ਕਹਿੰਦੇ ਸ਼ਾਦੀ ਕੋਈ ਮਾੜੀ ਗੱਲ ਹੈ? ਗ੍ਰਸਤ ਦੇ ਵਿੱਚ ਰਹੋ, ਨਾਲੇ ਸੰਗਤ ਕਰੋ। ਕਹਿੰਦਾ ਜੀ ਹੁਣ ਪਿਆਰ ਬਹੁਤਾ ਕਰਦੇ ਨੇ ਘਰ ਵਾਲੇ, ਕੰਮ ਕਾਰ ਵੀ ਹੈ, ਇਸ ਕਰਕੇ ਮੈਂ ਸੰਗਤ ਚੋਂ ਆਉਣੋ ਹਟ ਗਿਆ। ਮਹਾਤਮਾ ਕਹਿੰਦੇ ਤੈਨੂੰ ਘਰਦਿਆਂ ਦਾ ਪਿਆਰ ਜਣਾ ਦੇ? ਕਹਿੰਦਾ ਜਣਾ ਦੋ ਜੀ। ਇਹ ਤਾਂ ਕਹਿੰਦੇ ਮਤ ਬਦਲਦੇ ਨੇ ਸਾਰੇ। ਕਹਿੰਦੇ ਸਾਡੇ ਕੋਲ ਆਇਆ ਘਰ ਆਉਂਦਾ ਰਿਹਾ, ਪੁਰਾਣਾ ਨਾਮ ਸਿਖਾ ਦਿੱਤਾ ਮਹਾਤਮਾ। ਕਹਿੰਦੇ ਚਲਿਆ ਜਾ ਘਰ ਨੂੰ, ਇਉਂ ਕਰੀ ਕਿਤੇ ਦਿਨੇ ਨਾ ਚੜਾ ਲਈ, ਚੱਕ ਕੇ ਫੂਕ ਦੇਣਗੇ, ਜਾਂ ਰਾਤ ਨੂੰ ਪ੍ਰਸ਼ਾਦਾ ਛਕੇਗਾ ਨਾ, ਸਾਦਾ ਛਾਪੇ ਢਿੱਡ ਤੇ ਹੱਥ ਪੈਣ ਲੱਗ ਜੀ, ਮਾਤਾ ਮੇਰੇ ਤਾਂ ਦਰਦ ਹੋਣ ਲੱਗ ਗਿਆ, ਪ੍ਰਾਣ ਦਸਵੇਂ ਦਾ ਚੜਾ ਲਈ। ਰਾਤ ਨੂੰ ਫੂਕਦੇ ਨਹੀਂ ਹੁੰਦੇ, ਪਰ ਉਸਨੇ ਪ੍ਰਾਣ ਚੜਾ ਲਏ ਜਾਂ ਦਸਵੇਂ ਦਵਾਰ ਪਿੱਟ ਪਟਾਉਗਾ ਸ਼ੁਰੂ ਹੋ ਗਿਆ। ਜਵਾਨ ਮੁੰਡਾ ਮਰ ਗਿਆ, ਜਵਾਨ ਲੜਕੀ ਵਿਧਵਾ ਹੋ ਗਈ, ਸਾਰਾ ਨਾਨੀ ਫੂਫੀ ਥਾਂ ਇਕੱਠੇ ਹੋ ਗਏ। ਮਾਤਾ ਪਿਤਾ ਨੇ ਬਿਰਧ ਸਾਰੀ ਰਾਤ ਬਾਲ ਪੱਟੀ ਗਏ, ਕੰਧਾਂ ਚ ਟੱਕਰਾਂ ਮਾਰੀ ਗਏ। ਉਹ ਇਸ ਤਰ੍ਹਾਂ ਦੇ ਨਾਲ ਸਾਰੀ ਰਾਤ ਲੰਘ ਗਈ। ਜਦ ਕਹਿੰਦੇ ਵੀ ਮਹਾਤਮਾ ਕੋਲ ਜਾਂਦਾ ਹੁੰਦਾ ਸੀ ਇਹ, ਚਾਣ ਚੱਕ ਜੀ ਮੌਤ ਹੋਈ ਹੈ, ਤੇ ਮਹਾਂਪੁਰਸ਼ਾਂ ਨੂੰ ਲਿਆਈਏ, ਕੋਈ ਰੇਖ ਸ਼ਮਰੇਖ ਹੀ ਮਾਰ ਦੇਣ, ਜਵਾਨ ਪੁੱਤਰ ਹੈ ਜਿਉਂਦਾ ਹੀ ਹੋ ਜਾਵੇਗਾ। ਚਲੇ ਗਏ। ਮਹਾਤਮਾ ਵੀ ਉਡੀਕਦੇ ਹੀ ਸੀ, ਕਹਿੰਦੇ ਮਹਾਰਾਜ ਜੀ ਸਾਡਾ ਤਾਂ ਬੇੜਾ ਰੁੜ ਗਿਆ। ਕਿਉਂ ਭਾਈ, ਕੀ ਗੱਲ ਹੋ ਗਈ? ਕਹਿੰਦੇ ਸਾਡਾ ਤਾਂ ਜਵਾਨ ਪੁੱਤਰ ਮਰ ਗਿਆ, ਜਿਹੜਾ ਤੁਹਾਡੇ ਕੋਲੋਂ ਇੱਥੇ ਆਉਂਦਾ ਹੁੰਦਾ ਸੀ, ਨਵਾਂ ਹੀ ਵਿਆਹ ਹੋਇਆ ਸੀ ਉਸਦਾ। ਮਹਾਤਮਾ ਕਹਿੰਦੇ ਹਾਂ ਭਾਈ, ਜਵਾਨ ਪੁੱਤਰ ਮਰ ਜਾਣਾ ਬੇੜਾ ਹੀ ਰੁੜਨਾ ਨਾ। ਕਹਿੰਦੇ ਮਹਾਰਾਜ ਕਿਰਪਾ ਕਰੋ ਕੋਈ। ਕਹਿੰਦੇ ਚਲੋ ਦੇਖ ਲੈਂਦੇ। ਫਲਾਦ ਸੀ, ਲੋਹਾ ਮਾਰਿਆ ਫਲਾਦ ਬਣ ਜਾਂਦਾ, ਧਾਤਾਂ ਹੁੰਦੀਆਂ ਨੇ, ਠੰਡਾ ਹੁੰਦਾ ਫਲਾਦ ਜਿਹੜਾ। ਮਹਾਤਮਾ ਨੇ ਕੁੜੀ ਬੰਨ ਲਈ, ਆ ਗਏ, ਸਾਰਾ ਕਬੀਲਾ ਖੜਾ ਹੋ ਗਿਆ, ਤਾਹਾਂ ਮਾਰਦੇ। ਮਹਾਂਪੁਰਸ਼ੋ ਬੇੜਾ ਰੁੜ ਗਿਆ, ਲਾਓਗੇ ਬੰਨੇ? ਮਹਾਤਮਾ ਕਹਿੰਦੇ ਵੀ ਹੈ ਤਾਂ ਔਖੀ ਹੋਈ ਗੱਲ, ਕਿਰਪਾ ਕਰੋ ਮਹਾਂਪੁਰਸ਼ੋ,
ਮਹਾਤਮਾ ਕਹਿੰਦੇ ਇਉਂ ਕਰੋ, ਫਿਰ ਦੁੱਧ ਦਾ ਛੰਨਾ ਲਿਆਓ, ਜਾਂ ਛੰਨੇ ਹੁੰਦੇ ਨੀ ਕਾਂਸੀ ਦੇ, ਭਰ ਕੇ ਲਿਆਂਦਾ ਦੋ ਤਿੰਨ ਸਵੇਰ ਦੁੱਧ ਪੈ ਜਾਂਦਾ ਸੀ ਛੰਨੇ 'ਚ, ਖੁਰਾਕ ਵੀ ਇਹ ਹੁੰਦੀ ਹੈ। ਉਹ ਮਹਾਤਮਾ ਨੇ ਉਹ ਫਲਾਦ ਦੀ ਕੁੜੀ ਦੁੱਧ 'ਚ ਝਾੜਤੀ, ਫਿਰ ਉਹਦੀ ਮਾਂ ਦਾ ਬੈਠੀ ਦੀ ਕੁੱਬੀ ਵਾਲ ਪੱਟਦੀ ਜੀ ਸਿਰ ਦੇ, ਕਹਿਣ ਲੱਗੇ ਜਿਉਂਦਾ ਤਾਂ ਹੋ ਜਾਵੇਗਾ, ਕਿਰਪਾ ਕਰਕੇ ਦੱਸੋ ਜੀ। ਫਿਰ ਕਹਿਣਗੇ ਜਿਹੜਾ ਛੰਨਾ ਦੁੱਧ ਦਾ ਪੀ ਲੇਗਾ ਉਹ ਮਰ ਜਾਵੇਗਾ, ਜਿਉਂਦਾ ਹੋ ਜਾਵੇਗਾ। ਸਾਰੇ ਮਹਾਤਮਾ ਕੜੀਆਂ ਝੱਕ ਨੂੰ ਹਟ ਗਏ ਵੀ ਮੇਰਾ ਨਾਮ ਨਾ ਲੈ ਲੈਣ ਕਿਤੇ, ਜਿਵੇਂ ਕਲਗੀ ਧਰ ਮਹਾਰਾਜ ਨੇ ਤਲਵਾਰ ਕੱਢੀ ਸੀ ਨਾ, ਤਲਵਾਰ ਆਪਣੇ ਉੱਤੇ, ਤੇ ਲੱਖਾਂ ਪ੍ਰੇਮੀ ਬੈਠੇ ਸਨ ਸਾਰੇ ਧਰਤੀ ਗੱਡੀ ਨੂੰ ਝਾਕਣ ਲੱਗ ਗਏ ਵੀ ਜੇ ਮੈਂ ਝਾਕ ਪਿਆ ਇਹਨਾਂ ਕਹਿੰਦੇ ਤੂੰ ਹੀ ਆ ਜਾ, ਬੜੀ ਮੁਸ਼ਕਿਲ ਆ ਗੱਲ ਕਰੋ। ਉਹ ਇਸ ਤਰ੍ਹਾਂ ਦੇ ਨਾਲ ਉਹ ਮਹਾਤਮਾ ਫਿਰ ਉਸਦੀ ਬਿਰਦ ਮਾਤਾ ਕੁੱਬੀ ਕਹਿਣ ਲੱਗੇ ਮਾਤਾ ਪੈਦਾ ਸਭ ਕੁਛ ਦੇਖ ਲਿਆ, ਤੇਰਾ ਜਵਾਨ ਪੁੱਤਰ ਹੈ, ਤੂੰ ਪੀੜਾ ਮਰ ਜਾਏਗੀ, ਇਹ ਜਿੰਦਾ ਹੋ ਜਾਵੇਗਾ। ਕੀ ਕਹਿੰਦੀ ਆ ਹੁਣ? ਮਲਮੀ ਜੀਵ ਨਾਲ ਕਹਿੰਦੀ ਆ, ਮਲਮੀ ਨਾਲ, ਮੈਂ ਪੁੱਛ ਮੇਰੇ ਤਿੰਨ ਪੁੱਤਰ ਹੋਰ ਨੇ, ਉਹ ਪੁੱਤਰ ਇਹ ਕੀ ਸੀਗਾ, ਇਹ ਵੀ ਪੁੱਤਰ ਹੈ? ਜਵਾਬ ਦੇ ਦਿੱਤਾ ਬੁੜੀ ਨੇ, ਕੌਣ ਆ ਕਿਸੇ ਦਾ ਗੁਰੂ, ਉਹ ਬੜੋ ਪ੍ਰੇਮ ਨਾਲ ਸੁੱਖਾਂ ਦੇ ਸੰਗੀ ਨੇ ਤੇਰੇ ਬੈਠਾ ਸੀ ਉਹ ਵੀ ਕੁੰਬਾ, ਕਹਿੰਦੇ ਬਜ਼ੁਰਗੋ ਤੁਸੀਂ ਤਾਂ ਸਭ ਖਾ ਪੀ ਲਿਆ, ਹੁਣ ਤੁਸੀਂ ਦੁੱਧ ਪੀ ਲਓ। ਉਹ ਬੁੜੀ ਵਾਲੀ ਗੱਲ ਉਹਨੇ ਕਹਿ, ਕੌਣ ਕਿਸੇ ਦਾ ਗੁਰੂ, ਸਾਰਿਆਂ ਸੰਗੀਆਂ ਨੂੰ ਪੁੱਛਿਆ ਜਵਾਬ, ਉਹਦੇ ਘਰ ਵਾਲੀ ਬੈਠੀ ਦੀ ਸਵਤਨੀ ਕਹਿਣ ਲੱਗੇ ਮਹਾਂਪੁਰਸ਼ ਤੇਰਾ ਤਾਂ ਹੁਣ ਕੋਈ ਹੈ ਨਹੀਂ ਹੋਰ, ਤੂੰ ਜਵਾਨੀ ਕਿਵੇਂ ਕੱਟੇਗੀ, ਤੂੰ ਪੀੜਾ ਇਹ ਜਿੰਦਾ ਹੋ ਜਾਏਗਾ। ਕਹਿਣ ਲੱਗੀ ਮਹਾਂਪੁਰਸ਼ੋ ਮੇਰੇ ਭਰਾ ਨੇ ਮੈਨੂੰ ਰੋਟੀ ਵੀ ਨਹੀਂ ਦੇਣਗੇ, ਕੌਣ ਆ ਕਿਸੇ ਦਾ ਤਾਂ। ਜਾਂ ਸਾਰਿਆਂ ਨੇ ਜਵਾਬ ਦੇ ਦਿੱਤਾ, ਮਹਾਂਪੁਰਸ਼ ਕਹਿੰਦੇ ਫਿਰ ਅਸੀਂ ਪੀ ਲਈਏ, ਸਾਰੇ ਉੱਠੇ ਉੜੇ ਹੋ ਗਏ, ਕਹਿੰਦੇ ਹਾਂ ਜੀ ਪੀ ਲਓ, ਤੁਸੀਂ ਵਿਹਲੇ ਹੀ ਲੈ ਦੇਖ ਲਓ ਜੀ ਦੁਨੀਆ, ਤੁਸੀਂ ਗੁਰੂ ਸਾਹਿਬ ਨੂੰ ਵੀ ਪੁੱਛ ਕੇ ਦੇਖਿਆ, ਗੁਰੂ ਸਾਹਿਬ ਨੇ ਲਿਖਿਆ
ਵੀ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਨੇ ਨਾ, ਦਸ ਗੁਣਾ ਭਗਤ ਰੱਬ ਨੂੰ ਪਿਆਰੇ ਨੇ ਪੜ੍ਹਾਉਂਦੇ। ਪ੍ਰਾਣ ਉਤਰਿਆ, ਉੱਠ ਕੇ ਬੈਠ ਗਿਆ। ਕਹਿੰਦੇ ਕਾਕਾ ਤੂੰ ਕਹਿੰਦਾ ਸੀ ਨਾ ਵੀ ਪ੍ਰੇਮ ਕਰਦੇ ਨੇ ਘਰ ਦੇ, ਕਹਿੰਦਾ ਬੈਠੇ ਨੇ ਸਾਹਮਣੇ, ਪੁੱਛ ਲਾ ਇਹਨਾਂ, ਪੁੱਛ ਲਾ ਤੇਰੀ ਜਗ੍ਹਾ ਕੋਈ ਮਰਿਆ ਇਹਨਾਂ ਚੋਂ। ਕਹਿੰਦਾ ਜੀ ਠੀਕ ਹੈ, ਫਿਰ ਤਾਂ ਸੰਗਤ ਕਿਉਂ ਛੱਡ ਦਿੱਤੀ, ਅਸੀਂ ਇਹਨੂੰ ਦੇਵਤਾ ਨਹੀਂ ਕਹਿੰਦੇ ਵੀ ਗ੍ਰਸਤ 'ਚ ਨਾ ਰਹੋ, ਗ੍ਰਸਤ ਤਾਂ ਸਮਾਂ ਚੰਗੀ ਚੀਜ਼ ਹੈ, ਸਭ ਕੁਛ ਮਿਲੀ ਜਾਂਦਾ ਬਿਨਾਂ ਫੁਰਨੇ 'ਚ, ਪਰ ਪ੍ਰੇਮੀਆਂ ਰਹਿ ਗ੍ਰਸਤ ਦੇ ਵਿੱਚ, ਦੋ ਟਾਈਮ ਸੰਗਤ ਨਾ ਛੱਡ। ਫਿਰ ਸੰਗਤ ਕਰਨ ਲੱਗ ਗਿਆ, ਨਾਲੇ ਗ੍ਰਸਤ ਦੇ ਵਿੱਚ ਮਨੁੱਖਾਂ ਦੇ ਤਾਰੀ ਹੋਈ ਸਫਲੀ ਕਰ ਲਈ ਗੁਰੂ। ਉਹ ਪ੍ਰੇਮਾ ਉਹ ਸ਼ਬਰੀ ਦੇ ਵਿੱਚ ਪਿਆ, ਕੋਈ ਨਹੀਂ ਪੁੱਛਦਾ। ਗੋਇੰਦਵਾਲ ਸਾਹਿਬ ਜਾਣੀ ਦੀਵਾਲੀ ਵਿਸਾਖੀ ਇਸ ਤਰ੍ਹਾਂ ਦੇ ਨਾਲ ਜੋੜ ਮੇਲੇ ਰੱਖੇ ਹੁੰਦੇ ਸਨ ਗੁਰੂਆਂ ਦੇ। ਸੰਗਤ ਆਈ ਇੱਧਰੋਂ ਪਿੱਛੇ ਇਲਾਕੇ ਚੋਂ, ਉਸ ਪਿੰਡ ਦੇ ਕੋਲ ਰਾਤ ਕੱਟੀ, ਉਹ ਪ੍ਰੇਮਾ ਸ਼ਬਰੀ ਦੇ ਵਿੱਚ ਪਿਆ, ਜਲਦਾ ਕਦੇ ਕੁਛ ਉਪਾਅ ਕਰਦਾ, ਕਦੇ ਖੂਤੇ ਜਾ ਕੇ ਬਹਿੰਦਾ ਵੀ ਖੂਹ 'ਚ ਛਾਲ ਮਾਰ ਕੇ ਮਰਦਾ। ਤਾਂ ਉਹ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੰਗਤ ਨੂਰੇ ਭਾਈ ਪਿੱਛੇ ਬੀਬੀਆਂ ਜੋਟੀਆਂ ਦੇ ਵਿਚਾਸਾ ਦੀ ਵਾਰ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਟਕਾ ਦਾ ਟਾਈਮ, ਉਹ ਜਿਹੜਾ ਪ੍ਰੇਮਾ ਕੋੜੀ ਛਬਰੀ ਜਾਂ ਖੂਹ ਦੀ ਮਾਉਣ ਤੇ ਬੈਠਾ ਸੀ, ਬਾਣੀ ਦੀ ਆਵਾਜ਼ ਉਸਦੇ ਕੰਨਾਂ ਤਾਈਂ ਹੋ ਕੇ ਅੰਦਰ ਚਲੇ ਗਈ, ਖੂਨ ਦੇ ਵਿੱਚ ਸ਼ਾਂਤੀ ਦੀ ਲਹਿਰ ਫੈਲ ਗਈ। ਹੈਰਾਨ ਹੋ ਗਿਆ ਵੀ ਮੇਰਾ ਰੋਗ ਘਟਣ ਲੱਗ ਗਿਆ। ਜਦ ਉਹ ਸੰਗਤ ਪੜ੍ਹਦੀ ਪੜ੍ਹਦੀ ਦਸਵਾਂ ਸਲੋਕ ਆ ਗਿਆ, ਸੱਤ ਸੱਤ ਦੀ ਵਿਚਾਰ ਹੈ, ਪੜੋ ਪ੍ਰੇਮ ਦੇ ਨਾਲ। ਤੈਨੂੰ ਵਿਸਰਿਆ ਕਰਤਾਰ ਜਿੰਦੇ Thank you.
ਸੰਗਤ ਨੇ ਉਸ ਪਹੇ ਲੱਗਣਾ ਸੀ ਉਹ ਰੁੜਦਾ ਰੁੜਦਾ ਪਹੇ ਕੋਲ ਜਾ ਕੇ ਬਹਿ ਗਿਆ। ਜਾਂ ਸੰਗਤ ਨੇੜੇ ਆਈ ਕਹਿਣਾ ਬਈ ਜਾਣ ਵਾਲੇ ਤੁਸੀਂ ਕੌਣ ਹੋ, ਆ ਤੁਸੀਂ ਕਲਾਮ ਕੀ ਨਹੀਂ ਪੜ੍ਹਦੇ ਹੋ। ਉਹਨਾਂ ਦੇ ਸ਼ਬਦ ਬੰਦ ਕਰਕੇ ਕਹਿਣ ਲੱਗੇ ਗੋਇੰਦਵਾਲ ਸਾਹਿਬ ਨੂੰ ਜਾਂਦੇ ਹਾਂ, ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਹਾਂ, ਇਹ ਇਲਾਹੀ ਬਾਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿੰਦਾ ਬਈ ਜਦ ਤੇ ਮੈਂ ਸੁਣੀਆ ਮੈਨੂੰ ਸ਼ਾਂਤੀ, ਜਿਹਦੀ ਬਾਣੀ ਦੇ ਵਿੱਚ ਇਤਨੀ ਤਾਕਤ ਹੈ ਉਹਦੇ 'ਚ ਖੌਣੀ ਕੀ ਕੁਛ ਹੋ ਗਿਆ। ਕਹਿਣ ਲੱਗਾ ਮੈਨੂੰ ਵੀ ਲਿਜਾ ਸਕਦੇ ਹੋ ਤੁਸੀਂ ਉਸ ਗੁਰੂ ਕੋਲ। ਕਹਿੰਦਾ ਪਰ ਦੇਖ ਲਓ ਮੇਰੇ ਸਰੀਰ ਤੇ ਤਾਂ ਕੋੜ ਹੋਇਆ ਹੋਇਆ ਮੈਨੂੰ, ਪਰ ਉਪਕਾਰ ਕਰਨਾ ਹੈ ਔਖਾ, ਪਰ ਬਾਣੀ 'ਚ ਲਿਖਿਆ ਬਈ ਪਰ ਉਪਕਾਰੀ ਗੁਰੂ ਪਿਆਰਾ। ਗੁਰੂ ਨੂੰ ਕਹਿੰਦੇ ਪਿਆਰਾ ਬਹੁਤ ਲੱਗਦਾ। ਇੱਕ ਸਿੱਖ ਕਹਿੰਦਾ ਮੁੜ ਦਰੋਏ ਸਿੱਖ ਹੁੰਦੇ ਸਨ, ਦੁਰਲੇ ਹੁੰਦੇ ਜੀ, 16 ਹੱਥੇ ਦੁਰਲੇ ਪੁਰਾਣੇ ਜਿਹੜੇ ਕੋਈ ਇੱਥੇ ਆਉਣਗੇ ਜ਼ਿਮੀਦਾਰ ਉਹਨਾਂ ਨੂੰ ਪਤਾ। ਤਾਂ ਫਿਰ ਕਹਿੰਦਾ ਮੈਂ ਇਸਨੂੰ ਦੋਲੇ 'ਚ ਲਪੇਟ ਕੇ ਡੱਬੀ ਮਾਰ ਲੈਂਦਾ ਜੀ ਪਿੱਛੇ ਚਲੇ ਗਏ। ਤੀਸਰੇ ਪਹਿਰ ਗੋਇੰਦਵਾਲ ਸਾਹਿਬ ਇਹ ਜੇ ਬਿਮਾਰ, ਇਹਨਾਂ ਦਾ ਕੋਈ ਏਰੀਆ ਰੱਖਿਆ ਹੋਇਆ ਸੀਗਾ ਅਮਰਦਾਸ ਮਹਾਰਾਜ ਜੀ ਦਾ, ਜਦ ਕਿਤੇ ਨਿਗਾਹ ਕਰ ਦਿੰਦੇ ਸੀ ਤਾਂ ਰੋਗ ਹੋ ਜਾਂਦੇ ਸੀ ਰੋਗ। ਉਸ ਜਗ੍ਹਾ 'ਚ ਲਾਤਾ ਉਸਨੂੰ, ਸੰਗਤ ਨੇ ਨਮਸਕਾਰ ਕਰੀ, ਪੇਟਾਂ ਰੱਖੀਆਂ, ਜੋੜ ਮੇਲਾ ਦੇਖਿਆ। ਉਹ ਪ੍ਰੇਮੇ ਕੋੜੀ ਦੇ ਦੂਰੋਂ ਦਰਸ਼ਨ ਕਰੇ ਮਹਾਰਾਜ ਜੀ ਨੇ ਤੇ ਚਰਨਾ ਅੰਮ੍ਰਿਤ ਮੰਗਾ ਕੇ ਪੀ ਲਿਆ, ਨਾਲੇ ਨਾਮ ਦੀ ਦਾਤ ਲੈ ਲਈ, ਗੁਰੂ ਵਾਲਾ ਬਣ ਗਿਆ। ਹੁਣ ਗੁਰੂ ਵਾਲਾ ਬਣ ਗਿਆ ਕੋੜੀ, ਤਾਂ ਫਿਰ ਨਾਮ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਸੰਗਤਾਂ ਚਲੀਆਂ ਗਈਆਂ, ਕੋਈ ਸਾਲ ਲੱਗ ਗਏ ਉਸਨੂੰ ਅਭਿਆਸ ਕਰਦੇ ਨੂੰ। ਉਹਨੂੰ ਇਹ ਪੂਰਾ ਭਰੋਸਾ ਹੋ ਗਿਆ ਵੀ ਮੇਰਾ ਜਿਹੜਾ ਗਿਆ ਗੁਜਰਿਆ ਜਾਂ ਕੋੜ ਹੋਇਆ ਹੋਇਆ ਸਰੀਰ ਨੂੰ ਗੁਰੂ ਦੀ ਕਿਰਪਾ ਸੇ ਬਲ ਹੋ ਗਿਆ। ਕਿਤੇ ਕਿਤੇ ਮਸਤੀ ਦੇ ਵਿੱਚ ਗਿਆ ਕਸੌਟਾ ਲੱਦਾ, ਫਿਰ ਗਿਆ ਕਸੌਟਾ ਲੱਦਾ, ਫਿਰ ਬੇਵਾਰ ਹੋ ਜਾ ਕਰੇ ਸਰੀਰ ਤੇ ਪਤਾ ਹੀ ਨਾ। ਬਸ ਇੱਕ ਸਿੱਖ ਕਹਿੰਦਾ ਵੀ ਇਹ ਜਿਹੜਾ ਪ੍ਰੇਮਾ ਹੈ ਇਹਨੇ ਹੋਰ ਹੀ ਭਜਨ ਸ਼ੁਰੂ ਕਰ ਲਿਆ। ਹੁਣ ਬਈ ਮਹਾਰਾਜ ਨੂੰ ਪੁੱਛਾਂਗੇ, ਸ਼ਾਇਦ ਉਹਨਾਂ ਤੇ ਪੁੱਛ ਲਿਆ ਹੋਣਾ ਇਹਨੂੰ। ਅਮਰਦਾਸ ਮਹਾਰਾਜ ਕੋ ਬੇਨਤੀ ਕਰੀ, ਉਹ ਸਿੱਖ ਨੇ ਮਹਾਰਾਜ ਜਿਹੜਾ ਉਹ ਕੋੜੀ ਹੈ ਨਾ ਪ੍ਰੇਮਾ, ਕਈ ਸਾਲ ਹੋ ਗਏ ਉਸਨੂੰ ਆਏ ਨੂੰ ਇੱਥੇ ਭਜਨ ਕਰਦਾ, ਸੰਗਤ ਸੁਣਦਾ ਕਥਾ ਕੀਰਤਨ, ਤੇ ਕਿਤੇ ਕਿਤੇ ਐਸੀ ਰੱਟ ਲਾਉਂਦਾ ਗਿਆ ਕਸੌਤਾ ਲੱਦਾ, ਫਿਰ ਗਿਆ ਕਸੌਤਾ ਲੱਦਾ, ਫਿਰ ਇਹ ਕੀ ਭਜਨ। ਹੁਣ ਅਮਰਦਾਸ ਮਹਾਰਾਜ ਕਹਿੰਦੇ ਵੀ ਉਸਦੇ ਦਿਲ ਦੀ ਅਸੀਂ ਜਾਣਦੇ, ਉਹਦੇ ਮਨ ਦੇ ਵਿੱਚ ਪੂਰਾ ਭਰੋਸਾ ਹੋ ਗਿਆ ਵੀ ਮੇਰਾ ਕੋੜ ਹਟ ਜਾਵੇ। ਗੁਰੂ ਵਾਲਾ ਬਣ ਕੇ ਉਸਨੇ ਸਿਮਰਨ ਕਰਿਆ, ਸਿਮਰਨ ਦੇ ਵਿੱਚ ਤਾਕਤ। ਉਹ ਜਿਹੜੇ ਮਾੜੇ ਕਰਮ ਕਰੇ ਹੋਏ ਸੀ ਕੈਂਸਲ ਹੋ ਜਾਣੇ। ਗੁਰੂ ਸਾਹਿਬ ਜੀ ਆਸਾ ਦੇ ਵਿਕਾਰ ਦੇ ਵਿੱਚ ਆ ਕੇ ਬੈਠ ਗਏ ਚੌਂਕੜਾ ਮਾਰ ਕੇ, ਆਸਾ ਦੀ ਵਾਰ ਦਾ ਭੋਗ ਪੈ ਗਿਆ। ਅਮਰਦਾਸ ਮਹਾਰਾਜ ਜੀ ਕਹਿੰਦੇ ਵੀ ਉਹ ਜਿਹੜਾ ਪ੍ਰੇਮਾ ਕੋਈ ਹੈ ਨਾ, ਜਾਓ ਉਸਨੂੰ ਦੋ ਸਿੱਖ ਚੱਕ ਕੇ
ਜਿਹੜੀ ਕੁੰਡ ਦੇ ਵਿੱਚ ਅਸੀਂ ਇਸ਼ਨਾਨ ਕਰਿਆ ਉੱਥੇ ਇਸ਼ਨਾਨ ਦਾ ਪਾਣੀ ਪਿਆਰਾ ਉਹਦੇ 'ਚ ਇਸ਼ਨਾਨ ਕਰਾਓ ਦਾ ਖੂਬ ਮਲ ਕੇ ਲਾਲ ਦਸ਼ਾਲਾ ਦੇ ਕੇ ਸਾਡੇ ਸਾਹਮਣੇ ਬਹਾਲ ਦੋ ਜਾ ਗੁਰੂ ਵਾਲਾ ਬਣਿਆ ਤਾਂ ਸਿੱਖਾਂ ਨੇ ਕੋਈ ਕਿੰਤੂ ਨਹੀਂ ਕਰਿਆ ਵੀ ਇਹਨੂੰ ਕੋਲ ਹੋਇਆ ਹੋਇਆ ਸਾਰੇ ਸਾਫ਼ ਕਰਕੇ ਲਾਲ ਦਸਾਲਾ ਦੇ ਕੇ ਮਹਾਰਾਜ ਜੀ ਦੇ ਸਾਹਮਣੇ ਬਹਾੜਤਾ ਦਿਨ ਚੜਿਆ ਮੂੰਹ ਨੂੰ ਮੂੰਹ ਦਿਸਣ ਲੱਗ ਗਿਆ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਇਹਦੇ ਮੂੰਹ ਤੋਂ ਦਸਾਲਾ ਲਾਹੋ ਵਿਹੜਿਆ ਬੈਠਾ ਜੀ ਤਾਂ ਫਿਰ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕਰੀ ਕਦ ਕਰੀ ਜਦ ਉਹ ਗੁਰੂ ਦਾ ਬਣ ਗਿਆ ਕਿਰਪਾ ਕਟਾਖ ਲੋਕ ਨਕੀਨੋ ਦਾਸ ਕਾ ਦੁੱਖ ਵਧਾਰਿਓ ਜਦ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਦੁਆਰਾ ਉਹਦੇ ਸਰੀਰ ਕੰਨੀ ਨੂੰ ਤੱਕਿਆ ਕੰਚਨ ਵਰਗਾ ਸਰੀਰ ਹੋ ਗਿਆ ਕਿਧਰੇ ਕੋਲ ਉੱਠ ਗਿਆ ਪ੍ਰੇਮੇ ਤੇ ਰਿਹਾ ਨਾ ਗਿਆ ਇਹ ਬੋਲ ਉੱਠਿਆ ਬੜੋ ਪ੍ਰੇਮ ਨਾਲ ਕਹਿਣ ਲੱਗਾ ਮੈਂ ਤਾਂ ਕਾਂਚਨ ਕਹਿੰਦੇ ਨੇ ਸੋਨੇ ਨੂੰ ਜਾਂ ਸਿੱਖਾਂ ਨੇ ਦੇਖਿਆ ਉਹ ਪ੍ਰੇਮੀ ਕੰਨੀ ਕਈ ਸਿੱਖ ਕਹਿੰਦੇ ਮਹਾਰਾਜ ਜੀ ਤਾਂ ਲਾੜੇ ਵਰਗਾ ਬਣ ਗਿਆ ਲਾੜੇ ਵਰਗਾ ਜਨ ਦੇ ਵਿੱਚ ਸਾਰਿਆਂ ਨਾਲ ਸੋਹਣਾ ਲਾੜਾ ਹੀ ਹੁੰਦਾ ਭਾਵੇਂ ਅੱਧੀ ਵੀ ਅੱਖ ਹੋਵੇ ਆ ਇਸ ਤਰ੍ਹਾਂ ਦੇ ਨਾ ਫਿਰ ਅਮਰਦਾਸ ਮਹਾਰਾਜ ਕਹਿੰਦੇ ਠੀਕ ਹੈ ਲਾੜੇ ਵਰਗਾ ਤਾਂ ਬਣ ਗਿਆ ਹੁਣ ਇਉਂ ਕਰੋ ਕੋਈ ਸਿੱਖ ਉੱਠੋ ਆਪਣੀ ਲੜਕੀ ਇਹਦੇ ਨਾਲ ਲਾਵਾਂ ਦਵੋ ਇੱਕ ਸਿੱਖ ਉੱਠਿਆ ਗੁਰੂ ਕਹਿੰਦਾ ਮਹਾਰਾਜ ਜੀ ਮੇਰੀ ਲੜਕੀ ਵਰ ਪ੍ਰਾਪਤ ਹੈ ਕਿਰਪਾ ਕਰੋ ਇਹਦੇ ਨਾਲ ਲਾਵਾਂ ਪੜਦੇ ਲਾਵਾਂ ਪੜੀਆਂ ਗਈਆਂ ਗੁਰਮੁਖ ਪਹਿਲੇ ਕਰਮਾਂ ਦਾ ਫਲ ਨਗੁਰੇ ਬਣੇ ਦਾ ਤਾਂ ਹੋਇਆ ਕੋੜ ਜਦ ਉਹ ਬਣ ਗਿਆ ਗੁਰੂ ਵਾਲਾ ਤੇ ਨਾਲੇ ਤਾਂ ਹਟ ਗਿਆ ਰੋਗ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਦਿੱਤੀਆਂ ਸਨ ਸਿੱਖਾਂ ਨੂੰ ਸੰਗਤਾਂ ਦੇ ਭਲੇ ਵਾਸਤੇ ਬ੍ਰਹਮ ਗਿਆਨੀ ਨੂੰ ਦਿੱਤੀਆਂ ਸਨ 72 ਪੀੜੇ ਦਿੱਤੇ ਸੀ ਮਾਈਆਂ ਨੂੰ ਵੀ ਤੁਸੀਂ ਭਲਾ ਕਰੋ ਦੁਨੀਆਂ ਦਾ ਤਾਂ ਫਿਰ ਅਮਰਦਾਸ ਮਹਾਰਾਜ ਕਹਿੰਦੇ ਆ ਪ੍ਰੇਮਿਆ ਲੈ ਵੀ ਤੈਨੂੰ ਮੰਜੀ ਵੀ ਦਿੰਦੇ ਜਾਣੀ ਦੁਨੀਆਂ ਦਾ ਤਾਰਕ ਬਣਾਉਂਦੇ ਤੈਨੂੰ ਦੁਨੀਆਂ ਦਾ ਫਿਰ ਮਹਾਰਾਜ ਨੇ ਉਹਨਾਂ ਦੇ ਨਾਂ ਰੱਖੇ ਇਹ ਕਹਿੰਦੇ ਜਿਹੜੀ ਤੇਰੇ ਘਰ ਵਾਲੀ ਸ਼ਬਦ ਨਹੀਂ ਹੈ ਇਹ ਤਾਂ ਮੱਛੋ ਹੈ ਤੂੰ ਹੈ ਮਰਾਰੀ ਜਾ ਹੁਣ ਜਾ ਕੇ ਦੁਨੀਆਂ ਦਾ ਭਲਾ ਕਰ ਗੁਰੂ ਵਾਲਾ ਬਣੇ ਬਿਗੜਾ ਕਦੇ ਗਿਆਨ ਨਹੀਂ ਹੋਵੇਗਾ ਪੜੋ ਪ੍ਰੇਮ ਦੇ ਨਾਲ ਨਾਮ ਮੱਥੋ ਤੇ ਮੁਰਾਰੀ ਵਾਲਾ Thank you.
ਸੰਗਤ ਆਉਣਾ ਨਹੀਂ ਕਰੀਏ, ਗਾਹਾਂ ਚੱਲੀਏ। ਪਰ ਸਾਡਾ ਅਸੂਲ ਆ, ਅਸੀਂ ਟਾਈਮ ਤੋਂ ਅੱਗੇ ਨਹੀਂ ਜਾਂਦੇ। ਨਾ ਜਿਹਨਾਂ ਮਹਾਂਪੁਰਸ਼ਾਂ ਦੀ ਅਸੀਂ ਸੰਗਤ ਕਰੀਏ ਉਹ ਗਏ, ਨਾ ਸਾਡਾ ਅਸੂਲ ਹੈ। ਆਓ ਸਵੇਰੇ ਅੰਮ੍ਰਿਤ ਛਕਾਇਆ ਜਾਵੇ। ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ, ਪੰਜ ਕਕਾਰ, ਕੰਘਾ, ਕੜਾ, ਕਛਹਿਰਾ, ਕਿਰਪਾਨ, ਗਾਤਰੇ ਵਾਲੀ, ਇਸ ਨਾਲ ਨੇ ਸਰੀਰ ਇਸ ਜਗ੍ਹਾ ਗੁਰੂ ਦੀ ਹਜ਼ੂਰੀ ਛਾਜ ਰੋਜਿਓ 7:30 ਵਜੇ। ਫਿਰ ਤੁਹਾਨੂੰ ਅੰਮ੍ਰਿਤ ਛਕਾਇਆ। ਕੱਲ੍ਹ ਦਾ ਜਿਹੜਾ ਦੀਵਾਨ ਹੋਵੇਗਾ ਇਸ ਟਾਈਮ 'ਚ ਹੋਊ ਕਿਸੇ ਵਾਲੇ ਪਾਸੇ। ਦਵੇਲੀ ਵਾਲੇ ਮਹਾਂਪੁਰਸ਼ ਨੇ, ਜਾਣਦੇ ਉਹਨਾਂ ਦਾ ਗੁਰਦੁਆਰਾ। ਕੱਲ੍ਹ ਦਾ ਦੀਵਾਨ ਉਹਨਾਂ ਮਹਾਂਪੁਰਸ਼ਾਂ ਦੇ ਗੁਰਦੁਆਰੇ ਹੋਵੇ। ਆਹ ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ। ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਦਾ ਹੁਕਮ ਨਾਮ, ਫਿਰ ਸ਼ੀਤ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਬੜਾ ਬੜਾ ਰਾਮ ਕਲੀ ਮਹੱਲਾ ਤੀਜਾ ਸਤਿਗੁਰ ਪ੍ਰਸਾਦ ਹੈ।
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ Thank you.
Thank you.